ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਕਹਿਰ ਬਣ ਕੇ ਘਰ ਤੇ ਡਿੱਗੀ ਅਸਮਾਨੀ ਬਿਜਲੀ ਉੱਪਰਲੀ ਮੰਜ਼ਲ ਤੇ ਸੁੱਤੇ ਚਾਰ ਜੀਆਂ ਝੋ ਮਾਂਤੀ ਦੀ ਮੌਤ ਫਗਵਾੜਾ ਦੇ ਮੁਹੱਲਾ ਸੱਤ ਕਰਤਾਰੀਆਂ ਵਿਖੇ ਰਹਿਣ ਵਾਲੇ ਇੱਕ ਪਰਿਵਾਰ ਦੇ ਉੱਪਰ ਕੁਦਰਤ ਨੇ ਆਪਣਾ ਕਹਿਰ ਵ사ਾ ਦਿੱਤਾ ਹੈ ਜਿਸ ਦੇ ਚਲਦਿਆਂ ਮਾਂ ਤੇ ਬੇਟੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਜਿਵੇਂ ਹੀ ਮੌਸਮ ਨੇ ਆਪਣਾ ਰੰਗ ਬਦਲਿਆ ਉਸੇ ਵੇਲੇ ਫਗਵਾੜਾ ਦੇ ਮੁਹੱਲਾ ਸੱਤ ਕਰਤਾਰੀਆਂ ਵਿਖੇ ਇੱਕ ਮਕਾਨ ਦੇ ਉੱਪਰ ਅਸਮਾਨ ਤੋਂ ਬਿਜਲੀ ਡਿੱਗ ਪਈ ਮਕਾਨ ਦੀ ਉੱਪਰਲੀ ਮੰਜ਼ਲ ਤੇ ਬਿਜਲੀ ਨੇ ਕਹਿਰ ਵਰ ਪਾਉਂਦੇ ਹੋਏ ਮਕਾਨ ਦੀ ਛੱਤ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਤੇ ਕਮਰੇ ਦੇ ਅੰਦਰ ਇੱਕੋ ਪਰਿਵਾਰ ਦੇ 4 ਜੀ ਸੁੱਤੇ ਪਏ ਸਨ ਜਿਨ੍ਹਾਂ ਦੇ ਵਿੱਚ ਪਰਿਵਾਰ ਦਾ ਮੁਖੀ ਉਸ ਦੀ ਪਤਨੀ ਦੋ ਛੋਟੀਆਂ ਬੇਟੀਆਂ ਸਨ ਮਕਾਨ ਦੇ ਥੱਲੇ ਵਾਲੀ ਮੰਜ਼ਲ ਤੇ ਮਕਾਨ ਮਾਲਕਨ ਤੇ ਉਸ ਦੀ ਬੇਟੀ ਸੁੱਤੀਆਂ ਪਈਆਂ ਸਨ ਰਾਤ ਦੇ ਕਰੀਬ 12 ਵਜੇ ਹੋਏ ਸਨ ਉਸ ਵੇਲੇ ਜਦੋਂ ਕੁਦਰਤ ਨੇ ਆਪਣਾ ਕਹਿਰ ਵਰਪਾਇਆ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਮਕਾਨ ਉੱਪਰਲੀ ਮੰਜ਼ਲ ਤੇ ਬਿਜਲੀ ਡਿੱਗਣ ਤੋਂ ਬਾਅਦ ਜਦੋਂ ਛੱਤ ਡਿੱਗ ਪਈ ਤਾਂ ਉੱਪਰ ਸੁੱਤੇ ਪਏ ਪਰਿਵਾਰ ਦੇ 4 ਮੈਂਬਰਾਂ ਨੂੰ ਬਾਹਰ ਕੱਢਿਆ ਉਹਨਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਭੇਜਿਆ ਡਾਕਟਰ ਨੇ ਉਹਨਾਂ ਚਾਰਾਂ 'ਚੋਂ ਮਾਂ ਸਬਤਾ ਤੇ ਵੱਡੀ ਬੇਟੀ ਮਾਹੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਇਸ ਦਰਦਪਰੀ ਘਟਨਾ ਦੇ ਨਾਲ ਪੂਰੇ ਹੀ ਸ਼ਹਿਰ ਦੇ ਵਿੱਚ ਮਾਹੌਲ ਗਮਗੀਨ ਹੋ ਗਿਆ ਸੋ ਦੋਸਤੋ ਬੱਚੀ ਅਤੇ ਉਸ ਦੀ ਮਾਂ ਦੇ ਲਈ ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੂਫਾਨ ਨੇ ਜਲਾਲਾਬਾਦ ਚੂ ਭਾਰੀ ਤਬਾਹੀ ਮਚਾਈ ਅੱਧਾ ਦਰਜਨ ਤੋਂ ਵੱਧ ਸ਼ੈਲਰ ਮਿਲਾਂ ਦੀਆਂ ਉੱਡੀਆਂ ਛੱਤਾਂ ਸ਼ਨੀਵਾਰ ਨੂੰ ਦੇਰ ਰਾਤ ਆਏ ਤੂਫਾਨ ਨੇ ਜਲਾਲਾਬਾਦ ਹਲਕੇ ਦੇ ਅੰਦਰ ਭਾਰੀ ਤਬਾਹੀ ਮਚਾਈ ਆ ਤੂਫਾਨ ਦੇ ਕਾਰਨ ਸ਼ਹਿਰ ਦੇ ਨਾਲ ਅੱਧਾ ਦਰਜਨ ਤੋਂ ਵੱਧ ਸ਼ੈਲਰ ਮਿਲਾਂ ਦੀਆਂ ਇਮਾਰਤਾਂ ਦੀਆਂ ਛੱਤਾਂ ਉੱਡ ਗਈਆਂ ਕਈਆਂ ਦੀਆਂ ਤਾਂ ਚਾਦਰਾਂ ਉੱਡਣ ਕਾਰਨ ហេਠਾ ਮਸ਼ੀਨਰੀ ਤੇ ਸਟੋਰ ਕੀਤੇ ਚਾਵਲਾਂ ਦਾ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਕਈ ਸ਼ੈਲਰਾਂ ਦੀਆਂ ਦੀਵਾਰਾਂ ਵੀ ਡਿੱਗੀਆਂ ਤੇ ਕਹਾਨੇ ਵਾਲਾ ਰੋਡ ਤੇ ਕਈ ਥਾਵਾਂ ਤੇ ਦਰਖਤ ਤੇ ਖੰਬੇ ਵੀ ਡਿੱਗੇ ਜਿਸ ਕਾਰਨ ਲੰਬੇ ਸਮੇਂ ਤੱਕ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਮਿਲ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹਰ ਕੋਈ ਸੋਚ ਰਿਹਾ ਹੈ ਕਿ ਭਾਰਤ ਵਰਗਾ ਦੇਸ਼ ਕਰੋਨਾ ਵਾਇਰਸ ਨਾਲ ਕਿਵੇਂ ਲੜੇਗਾ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਬੇਨਤੀ ਹੈ ਜੀ ਜੇਕਰ ਤੁਸੀਂ ਹਾਲੇ ਤੱਕ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕੀਤਾ ਤਾਂ ਜੀ ਲਾਈਕ ਜ਼ਰੂਰ ਕਰ ਦਿਓ ਔਰ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜ਼ਰੂਰ ਨੱਪਿਆ ਕਰੋ ਕੇਂਦਰੀ ਆਰਮਡ ਪੁਲਸ ਫੋਰਸ ਦੇ ਵੱਲੋਂ ਐਤਵਾਰ ਹਰਿਆਣੇ ਦੇ ਗੁਰੂਗ੍ਰਾਮ ਜ਼ਿਲ੍ਹੇਚੂ ਖੱਦਰਪੁਰ ਵਿਖੇ ਆਲ ਇੰਡੀਆ ਪੌਦੇ ਲਾਉਣ ਮਹੱម្ម ਦਾ ਆਯੋਜਨ ਕੀਤਾ ਗਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਗ੍ਰਹਿ ਮੰਤਰੀ ਸਮਾਗਮ ਵਾਲੀ ਥਾਂ ਤੇ ਪਹੁੰਚੇ ਤੇ ਬੂਟੇ ਲਗਾਏ ਪ੍ਰੋਗਰਾਮ ਦੇ ਬਾਰੇ ਅਮਿਤ ਸ਼ਾਹ ਨੇ ਟਵੀਟ ਕੀਤਾ ਮੈਂ ਆਪਣੇ ਹਥਿਆਰਬੰਦ ਸੈਨਾਵਾਂ ਤੇ ਬਹਾਦਰ ਫੌਜੀਆਂ ਨੂੰ ਵਧਾਈ ਤੇ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਦੇਸ਼ ਅਤੇ ਵਾਤਾਵਰਣ ਦੀ ਰੱਖਿਆ ਦੇ ਲਈ ਇੱਕ ਵਿਸ਼ਾਲ ਮੁਹਿੰਮ ਦੇ ਰਾਹੀਂ ਦੇਸ਼ ਭਰ ਦੇ ਵਿੱਚ 1 ਕਰੋੜ ਤੋਂ ਵੱਧ ਉਮਰ ਦੇ ਬੂਟੇ ਲਗਾ ਰਹੇ ਹਨ ਅਮਿਤ ਸ਼ਾਹ ਨੇ ਪ੍ਰੋਗਰਾਮ ਚੁੱਕਿਆ ਕਿ ਭਾਰਤ ਇੱਕ ਸੰਗਣੀ ਆਬਾਦੀ ਵਾਲਾ ਦੇਸ਼ ਹੈ ਹਰ ਕੋਈ ਹੈਰਾਨ ਹੈ ਕਿ ਭਾਰਤ ਵਰਗਾ ਦੇਸ਼ कोरोना ਨਾਲ ਕਿਵੇਂ ਲੜੇਗਾ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਹਨ ਪਰ ਅੱਜ ਪੂਰੀ ਦੁਨੀਆ ਚ ਇਸ ਗੱਲ ਦੀ ਗਵਾਹ ਹੈ ਕਿ ਕਿਸ ਤਰ੍ਹਾਂ ਭਾਰਤ ਨੇ ਕੋਰੋਨਾ ਵਿਰੁੱਧ ਸਫਲ ਲੜਾਈ ਲੜੀ ਹੈ ਫੌਜ ਚੋਂ ਭਰਤੀ ਕਰਵਾਉਣ ਦੇ ਨਾਂ ਤੇ 1 ਕਰੋੜ 40 ਲੱਖ ਦੀ ਠੱਗੀ ਇਸ ਵੇਲੇ ਦੀ ਵੱਡੀ ਖਬਰ ਹੈ ਦੋਸਤੋ ਜ਼िले ਦੇ ਮੌੜ ਮੰਡੀ ਖੇਤਰ ਤੋਂ ਨੌਜਵਾਨਾਂ ਨੂੰ ਫੌਜ 'ਚ ਭਰਤੀ ਕਰਵਾਉਣ ਦੇ ਨਾਮ ਤੇ ਇੱਕ ਸਾਬਕਾ ਫੌਜੀ ਦੇ ਵੱਲੋਂ 1 ਕਰੋੜ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾ ਹੀ ਨਹੀਂ ਉਕਤ ਵਿਅਕਤੀ ਨੇ ਕਈ ਨੌਜਵਾਨਾਂ ਨੂੰ ਫੌਜ 'ਚ ਜੁਆਇਨਿੰਗ ਕਰਨ ਲਈ ਫਰਜ਼ੀ ਪੱਤਰ ਵੀ ਜਾਰੀ ਕਰ ਦਿੱਤੇ। ਪ੍ਰੈਸ ਕਲੱਬ ਦੇ ਵਿੱਚ ਪੀੜਤ ਨੌਜਵਾਨਾਂ ਦੇ ਨਾਲ ਪੁੱਜੇ ਲੋਕ ਇਨਸਾਫ ਪਾਰਟੀ ਮੌੜ ਦੇ ਹਲਕਾ ਇੰਚਾਰਜ ਰਵਿੰਦਰ ਨੇ ਦੱਸਿਆ ਕਿ ਠੱਗੀ ਮਾਰਨ ਵਾਲਾ ਫੌਜੀ ਬੁੱਢਾ ਲਾਡਾ ਨੇੜਲੇ ਇੱਕ ਪਿੰਡ ਦਾ ਰਹਿਣ ਵਾਲਾ ਤੇ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹਨ ਉਕਤ ਨੌਜਵਾਨ ਫਿਰੋਜ਼ਪੁਰ ਵਿੱਚ ਹੋਣ ਵਾਲੀ ਭਰਤੀ ਦੇ ਗਏ ਸਨ ਪਰ ਉਹਨਾਂ ਦੀ ਸਿਲੈਕਸ਼ਨ ਨਹੀਂ ਹੋ ਸਕੀ। ਉੱਥੋਂ ਹੀ ਨਿਰਾਸ਼ ਹੋਏ ਨੌਜਵਾਨਾਂ ਨੂੰ ਉਕਤ ਸਾਬਕਾ ਫੌਜੀ ਮਿਲਿਆ ਜਿਸ ਨੇ ਨੌਜਵਾਨਾਂ ਨੂੰ ਹੌਸਲਾ ਦਿੰਦੇ ਕਿਹਾ ਕਿ ਉਸ ਦੀ ਫੌਜ ਵਿੱਚ ਚੰਗੀ ਜਾਣ ਪਹਿਚਾਣ ਇਸ ਦੇ ਲਈ ਉਹ ਫੌਜ ਦੇ ਵਿੱਚ ਨੌਕਰੀ ਦਿਵਾ ਦੇਵੇਗਾ। ਉਹਨਾਂ ਨੌਜਵਾਨਾਂ ਦੇ ਘਰ ਆਉਂਦਾ ਤੇ ਆਰਥਿਕ ਹਾਲਤ ਦੇ ਹਿਸਾਬ ਦੇ ਨਾਲ ਪੈਸਿਆਂ ਦੀ ਮੰਗ ਕਰਦਾ ਉਹਨਾਂ ਨੇ ਦੱਸਿਆ ਕਿ ਕਈ ਨੌਜਵਾਨਾਂ ਨੇ ਭਰਤੀ ਲੈ ਲਈ 2-2 ਲੱਖ ਰੁਪਏ ਵਸੂਲ ਕੀਤੇ ਹਨ ਉਕਤ ਠੱਗ ਸਾਬਕਾ ਫੌਜੀ ਨੇ ਕੁਝ ਨੌਜਵਾਨਾਂ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੇ ਫਰਜ਼ੀ ਪੱਤਰ ਜਾਰੀ ਕਰ ਦਿੱਤੇ ਤਾਂ ਮੌੜ ਖੇਤਰ ਦੇ ਹੋਰ ਨੌਜਵਾਨਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਉਸਤੇ ਵਿਸ਼ਵਾਸ ਪੈਦਾ ਹੋ ਗਿਆ ਜਿਸ ਤੋਂ ਬਾਅਦ ਕਰੀਬ 45 ਨੌਜਵਾਨਾਂ ਤੋਂ 1 ਕਰੋੜ 40 ਲੱਖ ਰੁਪਏ ਲੈ ਲਏ ਜਲੰਧਰ ਚ ਕੋਰੋਨਾ ਦਾ ਕਹਿਰ جاری ਮਿਲੇ 28 ਨਵੇਂ ਮਾਮਲੇ ਜਲੰਧਰ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਘਟਦਾ ਨਜ਼ਰ ਨਹੀਂ ਆ ਰਿਹਾ ਅੱਜ ਐਤਵਾਰ ਨੂੰ ਵੀ ਜ਼ਿਲ੍ਹੇ ਦੇ ਵਿੱਚ 28 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1200 ਤੋਂ ਪਾਰ ਹੋ ਗਈ ਹੈ ਅਮਿਤ ਆਪ ਬੱਜਨ ਦਾ ਬੰਗਲਾ ਸੀਲ ਕੰਟੇਨਮੈਂਟ ਜੋਂ ਐਲਾਨਿਆ ਅਮਤਾ ਬੱਜਨ ਤੇ ਅਭਿਸ਼ੇਕ ਬੱਜਨ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਣ ਤੋਂ ਬਾਅਦ ਮੋਬਾਈ ਨਗਰ ਦੇ ਉਨ੍ਹਾਂ ਦੇ ਬੰਗਲੇ ਜਲਸਾ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਤੇ ਬੰਗਲੇ ਦੇ ਬਾਹਰ ਕੰਟੇਨਮੈਂਟ ਜ਼ੋਨ ਦਾ ਨੋਟਿਸ ਵੀ ਲਾ ਦਿੱਤਾ ਗਿਆ ਹੈ। ਅਮਿਤਾ ਬਚਨ ਅਤੇ ਅਭਿਸ਼ੇਕ ਬਚਨ ਦੇ ਕਰੋਨਾ ਵਾਇਰਸ ਪੋਜ਼ਿਟਿਵ ਹੋਣ ਤੇ ਤੁਰੰਤ ਬਾਅਦ ਬੰਗਲੇ ਨੂੰ ਸੈਨੀਟਾਈਜ਼ ਵੀ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਚੰਡੀਗੜ੍ਹ ਬਾਹਰਲੇ ਮਰੀਜ਼ਾਂ ਨੂੰ ਪੀਜੀਆਈ ਰੈਫਰ ਕਰਨਾ ਹੋਇਆ ਸੌਖਾ ਬਾਹਰੀ ਸੂਬਿਆਂ ਦੇ ਲੋਕਲ ਹਸਪਤਾਲਾਂ ਤੋਂ ਹੁਣ ਮਰੀਜ਼ਾਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰਨਾ ਸੌਖਾ ਨਹੀਂ ਹੋਵੇਗਾ। कोरोना वायरस ਦੇ ਵਾਧੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਸ਼ਨੀਵਾਰ ਨੂੰ ਪੀਜੀਆਈ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਪੀਜੀਆਈ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਸਮੇਤ ਦੂਜੇ ਸੂਬਿਆਂ ਦੇ ਨੋਡਲ ਅਫਸਰ ਨਿਯੁਕਤ ਕੀਤੇ ਜਾਣਗੇ ਕਿਸੇ ਮਰੀਜ਼ ਨੂੰ ਰੈਫਰ ਕਰਨ ਤੋਂ ਪਹਿਲਾਂ ਬਾਰੀ ਸੂਬੇ ਦਾ ਨੋਡਲ ਅਫਸਰ ਪੀਜੀਆਈ ਨੋਡਲ ਅਫਸਰ ਦੇ ਨਾਲ ਸੰਪਰਕ ਕਰੇਗਾ ਕੇਸ ਹਿਸਟਰੀ ਤੇ ਉਸ ਦੀ ਗੰਭੀਰਤਾ ਵੇਖੀ ਜਾਵੇਗੀ ਜਿਸ ਤੋਂ ਬਾਅਦ ਤੈ ਹੋਵੇਗਾ ਕਿ ਮਰੀਜ਼ ਨੂੰ ਪੀਜੀਆਈ ਰੈਫਰ ਕਰਨਾ ਹੈ ਜਾਂ ਨਹੀਂ ਸਜ਼ਾ ਭੁਗਤ ਕੇ ਮਲੇਸ਼ੀਆ ਤੋਂ ਪਰਤੇ 240 ਪੰਜਾਬੀ ਸਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਗਏ ਸਨ ਵਿਦੇਸ਼ ਮਲੇਸ਼ੀਆ ਚ ਨਜਾਇਜ਼ ਟੰਗ ਦੇ ਨਾਲ ਦੋਸ਼ ਟੰਗ ਦੇ ਨਾਲ ਰਹਿਣ ਦੇ ਦੋਸ਼ ਚ ਉੱਥੇ ਵੱਖ-ਵੱਖ ਜੇਲ੍ਹਾਂ ਚ ਸਜ਼ਾ ਕੱਟਣ ਤੋਂ ਬਾਅਦ 240 ਪੰਜਾਬੀ ਸ਼ਨੀਵਾਰ ਦੁਪਹਿਰੇ 1 ਵਜੇ ਜਹਾਜ਼ ਦੇ ਜ਼ਰੀਏ ਵਤਨ ਪਰਤੇ ਜਾਣਕਾਰੀ ਦੇ ਮੁਤਾਬਕ ਸੋ ਨੈਰਿਪ ਵਿਖਦੇ ਲਈ ਇਹਨਾਂ ਲੱਖਾਂ ਰੁਪਏ ਖਰਚ ਕੇ ਮਲੇਸ਼ੀਆ ਚ ਕੰਮ ਕਰਨ ਗਏ ਸਨ ਇਹਨਾਂ ਨੌਜਵਾਨਾਂ ਨੂੰ ਨਜਾਇਜ਼ ਢੰਗ ਦੇ ਨਾਲ ਰਹਿਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋਏ ਹਨ ਉਸ ਤੋਂ ਬਾਅਦ ਅਗਲੀ ਖਬਰ ਹੈ ਜੀ ਟਰੈਵਲ ਏਜੰਟਾਂ ਨੇ ਇਹਨਾਂ ਪੰਜਾਬੀ ਨੌਜਵਾਨਾਂ ਨੂੰ ਟੂਰਿਸਟ ਵੀਜ਼ੇ ਤੇ ਮਲੇਸ਼ੀਆ ਭੇਜਿਆ ਤੇ ਵਿਸ਼ਵਾਸ ਦਿਵਾਇਆ ਕਿ ਉੱਥੇ ਪਹੁੰਚਦੇ ਹੀ ਨੌਕਰੀ ਮਿਲ ਜਾਵੇਗੀ ਸੋ ਦੋਸਤੋ ਤੁਹਾਡੇ ਕਿਸੇ ਜਾਣ ਪਹਿਚਾਨ ਵਾਲੇ ਵਿਅਕਤੀ ਨਾਲ ਕਦੀ ਐਦਾਂ ਹੋਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਜੇਕਰ ਤੁਹਾਡੇ ਨਾਲ ਹੋਇਆ ਤੁਸੀਂ ਵੀ ਲਿਖ ਸਕਦੇ ਹੋ ਸ਼ਹਿਰ ਸ਼ਹਿਰ ਖੁੱਲਣਗੇ ਗੁਰੂ ਨਾਨਕ ਮੋਦੀਖਾਨੇ ਹੁਣ ਪੱਟੀ ਦੇ ਵਿੱਚ ਹੋਈ ਸ਼ੁਰੂਆਤ ਲੁਧਿਆਣਾ ਤੋਂ ਸ਼ੁਰੂ ਹੋਇਆ ਗੁਰੂ ਨਾਨਕ ਮੋਦੀਖਾਨਾ ਹੁਣ ਸ਼ਹਿਰ ਸ਼ਹਿਰ ਖੁੱਲਦਾ ਜਾ ਰਿਹਾ ਹੈ ਜਿਸ ਦਾ ਹਰ ਵਰਗ ਲੋਕਾਂ ਨੂੰ ਫਾਇਦਾ ਵੀ ਮਿਲਦਾ ਨਜ਼ਰ ਆ ਰਿਹਾ ਹੈ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦੇ ਵਿੱਚ ਵੀ ਗੁਰੂ ਨਾਨਕ ਮੋਦੀਖਾਨਾ ਮੈਡੀਕਲ ਸਟੋਰ ਖੁੱਲਣ ਦੇ ਨਾਲ ਲੋਕਾਂ ਦਾ ਰੁਝਾਨ ਇਸ ਮੈਡੀਕਲ ਸਟੋਰ ਵੱਲ ਹੋ ਗਿਆ ਕਿਉਂਕਿ ਲੋਕਾਂ ਨੂੰ ਇੱਥੇ ਆਮ ਮੈਡੀਕਲ ਸਟੋਰਾਂ ਦੇ ਨਾਲੋਂ ਵੱਡੇ ਫਰਕ ਅਤੇ ਘੱਟ ਰੇਟਾਂ ਦੇ ਉੱਤੇ ਦਵਾਈਆਂ ਮਿਲ ਰਹੀਆਂ ਹਨ ਇਸੇ ਬਾਰੇ ਮੈਡੀਕਲ ਸਟੋਰ ਦੀ ਮਾਲਕ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਬਹੁਤ ਵੱਡਾ ਸੰਯੋਗ ਮਿਲ ਰਿਹਾ ਹੈ ਇਸ ਦੇ ਵਿੱਚ ਅੰਗਰੇਜ਼ੀ ਦਵਾਈਆਂ ਲੋਕਾਂ ਨੂੰ ਬਹੁਤ ਵੱਡੇ ਫਰਕ ਦੇ ਨਾਲ ਦਿੱਤੀਆਂ ਜਾ ਰਹੀਆਂ ਹਨ ਇਸ ਬਾਰੇ ਐਸਡੀਪੀਸੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਵੱਲੋਂ ਇਹ ਅਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਪੂਰੇ ਪਰਿਵਾਰ ਦਾ ਸਹਿਯੋਗ ਕੀਤਾ ਗਿਆ ਹੈ। ਕੈਪਟਨ ਨੇ ਕੀਤੀ ਅਦਾਕਾਰ ਅਮਿਤਾ ਬੱਚਨ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਏ ਅਦਾਕਾਰ ਅਮਿਤਾ ਬੱਚਨ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਉਨਾਂ ਨੇ ਕਿਹਾ ਕਿ ਕੋਵਿਡ-19 ਤੇ ਅਮਿਤਾ ਵਚਨ ਨਦੀ ਦੇ ਸੰਦੇਸ਼ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਇਸ ਰਾਜ ਦੀ ਸਰਕਾਰ ਦਾ ਵੱਡਾ ਫੈਸਲਾ ਹੁਣ ਹਫ਼ਤੇ 'ਚ 5 ਦਿਨ ਹੀ ਖੁੱਲਣਗੇ ਦਫ਼ਤਰ-ਬਾਜ਼ਾਰ। ਲਖਨਊ ਤੋਂ ਖਬਰ ਆ ਰਹੀ ਹੈ ਜੀ ਰਾਜ ਦੀ ਜੋਗੀ ਸਰਕਾਰ ਨੇ ਲਗਾਤਾਰ ਵਧ ਰਹੇ ਕਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ। ਮੇਰੀ ਜਾਣਕਾਰੀ ਦੇ ਅਨੁਸਾਰ ਹੁਣ ਰਾਜ ਦੇ ਵਿੱਚ ਦਫ਼ਤਰ ਤੇ ਬਾਜ਼ਾਰ ਹਫ਼ਤੇ ਦੇ ਵਿੱਚ ਸਿਰਫ ਖੁੱਲਣਗੇ 5 ਦਿਨ। ਬਾਕੀ ਸੋਮਵਾਰ ਤੋਂ ਸ਼ੁੱਕਰਵਾਰ ਖੁੱਲਣਗੇ ਜਦੋਂ ਕਿ ਸ਼ਨੀ ਅਤੇ ਐਤਵਾਰ ਨੂੰ ਸਾਰੇ ਦਫ਼ਤਰ ਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹਿਣਗੇ ਪਿਛਲੇ ਸ਼ੁੱਕਰਵਾਰ ਰਾਤ ਤੋਂ ਸੋਮਵਾਰ ਸਵੇਰੇ 5 ਵਜੇ ਤੱਕ 55 ਘੰਟਿਆਂ ਦਾ ਲੋਕਡਾਊਨ ਲਗਾਇਆ ਗਿਆ ਸੀ ਧੋਖੇਬਾਜ਼ ਕੌਣ ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ ਇੱਕ ਕਹਾਵਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਫਾਇਦਾ ਚੁੱਕ ਜਾਂਦੇ ਹਨ ਅਜੇ ਹਾਹੀ ਹੁਣ ਬਾਦਲਾਂ ਦੇ ਵਿਰੋਧ ਚ ਸੁਖਦੇਵ ਢੀਂਡਸਾ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਦਲ ਦੇ ਆਗੂਆਂ ਦੇ ਨਾਲ ਵੀ ਹੋ ਰਿਹਾ ਹੈ ਦਰਅਸਲ ਅਕਾਲੀ ਦਲ ਟਕਸਾਲੀ ਦੇ ਪ੍ਰੰਧਾਨ ਰਣਜੀਤ ਬ੍ਰਹਮਪੂਰਾ ਵੱਲੋਂ ਢੀਂਡਸਾ ਦੇ ਧੋਖਾ ਦੇਣ ਦਾ ਇਲਜ਼ਾਮ ਲਾਇਆ ਗਿਆ ਜਿਸ ਤੇ ਪਲਟਵਾਰ ਕਰਦਿਆਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਵੀਰ ਦਵਿੰਦਰ ਸਿੰਘ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਬ੍ਰਹਮਪੂਰਾ ਪੰਥਕ ਰਾਜਨੀਤੀ ਜੋ ਵੱਧ ਰਹੀ ਏਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਹਨਾਂ ਨੇ ਕਿਹਾ ਕਿ ਢੀਂਡਸਾ ਤੇ ਧੋਕਾ ਤੜੀ ਕਰਨ ਦੇ ਬ੍ਰਹਮਪੁਰਾ ਦੇ ਬਿਆਨ ਦੀ ਤਰ੍ਹਾਂ ਪੂਰੀ ਤਰ੍ਹਾਂ ਤੱਥਹੀਣ ਹਨ ਨਵ ਤੇਜ ਦੇ ਹੱਥਾਂ ਚ ਪਹਿਲਾਂ ਵਾਂਗ ਗਨ ਹੁੰਦੀ ਤਾਂ ਉਸ ਨੂੰ ਸਲਾਮਾ ਹੋਣੀਆ ਸੀ ਬਟਾਲਾ ਦੇ ਵਿਖੇ ਸਤਿਤ ਨਵ ਤੇਜ ਹਮਿਉਨਿਟੀ ਹਸਪਤਾਲ ਦੇ ਇਨਚਾਰਜ ਨਵਤੇਜ ਗੱਗੂ ਦੀ ਗ੍ਰਿਫਤਾਰੀ ਮਗਰੋਂ ਹੁਣ ਉਸ ਦੀ ਰਿਹਾਈ ਦੇ ਲਈ ਇੱਕ ਲਹਿਰ ਬੰਨੀ ਸ਼ੁਰੂ ਹੋ ਗਈ ਹੈ ਕਈ ਲੋਕਾਂ ਦੇ ਵੱਲੋਂ ਨਵਤੇਜ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਹੁਣ ਫਿਲਮ ਪ੍ਰੋਡਿਊਸਰ ਲੇਤੇ ਲੇਖਕ ਮੈਂਟੂ ਗੁਰੂ ਸਰਿਆ ਨੇ ਵੀ ਨਵਤੇਜ ਗੱਗੂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦਿਆਂ ਪੁਲਿਸ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕੀਤੇ ਹਨ ਇਹੀ ਨਹੀਂ ਮੈਂਟੂ ਨੇ ਪੁਲਿਸ ਤੇ ਤੰਜ ਕਸਦਿਆਂ ਆਖਿਆ ਕਿ ਨਵਤੇਜ ਨੂੰ ਡਾਉਨ ਬੰਨਾ ਚਾਹੀਦਾ ਸੀ ਕਿਉਂਕਿ ਇੱਥੇ ਡਾਉਨਾ ਦੀ ਲੋੜ ਹੈ ਡਾਕਟਰਾਂ ਦੀ ਨਹੀਂ ਮੈਂਟੂ ਗੁਰੂਸਰੀਆ ਨੇ ਅੱਗੇ ਦੱਸਿਆ ਕਿ ਜੋ ਜ਼ਿੰਦਗੀ ਨਵਤੇਜ ਦੀ ਹੈ ਉਸ ਦੇ ਸਾਹਮਣੇ ਤਾਂ ਉਹ ਛੋਟੇ ਮੋਟੇ ਚੋਰ ਸਨ ਨਵਤੇਜ ਸਿੰਘ ਵਰਗੇ ਹੀਰੋ ਬੰਦੇ ਹਨ ਪਰ ਬੱਦ ਕਿਸਮਤ ਦੀ ਇਹ ਹੈ ਕਿ ਅਸੀਂ ਆਦਾਕਾਰਾਂ ਨੂੰ ਮਿੱਟੀ ਦੇ ਵਿੱਚ ਰੋਲ ਦਿੰਦੇ ਹਾਂ ਉਹਨਾਂ ਦੇ ਇੱਕ ਦੋਸਤ ਦੀ ਮੌਤ ਹੋ ਗਈ ਤੇ ਉਹ ਸਾਰੇ ਪੰਜਾਬ ਦੇ ਵਿੱਚ ਬੋਲ ਲਾਣੇ ਸ਼ੁਰੂ ਕਰ ਦਿੱਤੇ ਕਿ ਫਲਾਣਾ ਵਿਅਕਤੀ ਇਸ ਜੇਲ੍ਹ ਦੇ ਵਿੱਚ ਨਸ਼ਾ ਵੇਚਦਾ ਸੀ ਉਹ ਇਸ ਵੇਲੇ ਦੀ ਗੱਲ ਆ ਜਦੋਂ ਮੱਝ ਦੇ ਵਿੱਚ ਲੋਕ ਮਜੀਠੀਓ ਤੋਂ ਦਰਦੇ ਸੀ ਤੇ ਅੱਜ ਉਹ 100 ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦਿੰਦਾ ਹੈ ਹਨ ਪਰ ਇੱਕ ਕਰਮਚਾਰੀ ਨੂੰ ਵੀ ਤਨਖਾਹ ਦੇਣੀ ਸੌਖੀ ਨਹੀਂ ਹੁੰਦੀ ਉਹ ਮਰੀਜ਼ਾਂ ਦੇ ਇਲਾਜ ਦੇ ਲਈ ਵੱਡੇ ਵੱਡੇ ਡਾਕਟਰਾਂ ਦਾ ਇੰਤਜ਼ਾਮ ਕਰਵਾਉਂਦੇ ਹਨ ਕਾਂਗਰਸੀ ਆਗੂ ਪ੍ਰਤਾਪ ਬਾਜਵਾਨ ਨੂੰ ਕੇਂਦਰ ਵੱਲੋਂ ਮਿਲੀ ਸੀ ਆਈਐਸਐਫ ਦੀ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੂੰ ਵੀਆਈਪੀ ਸੁਰੱਖਿਆ ਕਲੱਬ ਦੇ ਵਿੱਚ ਸ਼ਾਮਲ ਕਰਦਿਆ ਉਹਨਾਂ ਨੂੰ ਜੈਡ ਸ਼੍ਰੇਣੀ ਦੀ ਸੁਰੱਖਿਆ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਅਧੀਨ ਪ੍ਰਤਾਪ ਸਿੰਘ ਬਾਜਵਾ ਦੀ ਸੁਰੱਖਿਆ ਕੇਂਦਰੀ ਅਧਿਯੋਗਿਕ ਸੁਰੱਖਿਆ ਫੋਰਸ ਨੂੰ ਸੌਂਪ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਜੈਡ ਸ਼੍ਰੇਣੀ ਅਧੀਨ ਕਿਸੇ ਵੀ ਵਿਅਕਤੀ ਨੂੰ ਦੇਸ਼ ਦੇ ਵਿੱਚ ਕਿਤੇ ਵੀ ਇੱਕ ਪਾਇਲਟ ਤੇ ਇੱਕ ਐਕਸਕੋਰਟ ਵਾਨ ਦੇ ਨਾਲ ਨੇੜਲੀ ਸੁਰੱਖਿਆ ਦਿੱਤੀ ਜਾਂਦੀ ਹੈ ਹੋਣਪਰਤਾਪ ਬਾਜਵਾਦੀ ਸੁਰੱਖਿਆ ਦੇ ਵਿੱਚ 25 ਸੁਰੱਖਿਆ ਕਰਮੇ ਤਾਇਨਾਤ ਕੀਤੇ ਗਏ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਕੇਂਦਰੀ ਗ੍ਰਹਿ ਮੰਤਰੀ ਅੰਮਤ ਸ਼ਾਹ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਫੈਸਲਾ ਲਿਆ ਗਿਆ ਹੈ ਹਰਿਆਣਾ ਦੇ ਸਿਰਸਾ ਪਹੁੰਚਿਆ ਟਿੱਡੀਦਲ ਫਸਲਾਂ ਨੂੰ ਭਾਰੀ ਨੁਕਸਾਨ ਦਾ ਖਤਸ਼ਾ ਰਾਜਸਥਾਨ ਤੋਂ ਹਰਿਆਣਾ ਚ ਟਿੱਡੀਦਲ ਦੇ ਪ੍ਰਦੇਸ਼ ਤੋਂ ਬਾਅਦ ਹੁਣ ਕਿਸਾਨਾਂ ਦੀ ਚਿੰਤਾ ਵੱਧ ਚੁੱਕੀ ਆ ਸ਼ਨੀਵਾਰ ਨੂੰ ਰਾਜਸਥਾਨ ਦੇ ਪਿੰਡ ਮਲਾਨੀ ਵਾਲਾ ਤੋਂ ਸਿਰਸੇ ਚ ਪ੍ਰਵੇਸ਼ ਕੀਤਾ ਟੈਡੀਦਲ ਸਿਰਸਾ ਚ ਪ੍ਰਵੇਸ਼ ਕਰਦਿਆਂ ਮਲੇਕਾ ਮਾਦੋ ਸਿੰਘਾਨਾ ਮੰਗਾਲਾ ਮਾਜੂਦੀਨਾ ਤੀ ਟੂਟਖੇੜਾ ਨਾਨਕਪੁਰ ਰੰਗੜੀ ਤੇ ਢਿੰਗਤਾਨੀਆਂ ਆਦ ਪਿੰਡਾਂ ਦੇ ਵਿੱਚ ਪਹੁੰਚ ਗਿਆ ਹੈ ਖੇਤੀਬਾੜੀ ਵਿਭਾਗ ਨੂੰ ਟੈਡੀਆਂ ਦੇ ਪਹੁੰਚਣ ਦੀ ਜਿਵੇਂ ਹੀ ਜਾਣਕਾਰੀ ਮਿਲੀ ਉਹਨਾਂ ਨੇ ਕਿਸਾਨਾਂ ਨੂੰ ਸਾਵਧਾਨ ਕਰ ਦਿੱਤਾ ਹੈ ਕੈਪਟਨ ਅਤੇ ਆਸ਼ੂ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਜੋਰ-ਸ਼ੋਰ ਦੇ ਨਾਲ ਵੰਡਿਆ ਜਾ ਰਿਹਾ ਸੁੱਕਾ ਰਾਸ਼ਨ ਦੁਨੀਆ ਭਰ ਦੇ ਵਿੱਚ ਫੈਲੀ ਕਰੋਨਾ ਮਹਾਮਾਰੀ ਦੌਰਾਨ ਆਰਥਿਕ ਪੱਖੋਂ ਟੁੱਟ ਚੁੱਕੇ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਬੂਹੇ ਤੇ ਅੱਕ ਸੁੱਕਾ ਰਾਸ਼ਨ ਪਹੁੰਚਾਉਣ ਦੀ ਮਹਿੰਮ ਜ਼ੋਰ-ਸ਼ੋਰ ਦੇ ਨਾਲ ਅੱਗੇ ਤੋਰਿਆ ਜਾ ਰਿਹਾ ਇਸ ਦੇ ਤਹਿਤ ਮਾਨਸਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਨੇ ਅੱਜ ਪਿੰਡ ਕੋਟੜਾ ਨੇੜੇ ਵੀਕੇ ਭਿੱਖੀ ਪੱਠੇ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਮਜ਼ਦੂਰਾਂ ਨੂੰ ਖੁਦ ਜਾ ਕੇ ਰਾਸ਼ਨ ਕਿੱਟਾਂ ਵੰਡੀਆਂ ਭਾਰਤੀ ਰੇਲਵੇ ਹੁਣ ਇਸ ਹਫਤੇ ਸਿਰਫ ਇੱਕ ਦਿਨ ਚੱਲਣਗੀਆਂ ਇਹ ਵਿਸ਼ੇਸ਼ ਰੇਲ ਗੱਡੀਆਂ ਰੇਲਵੇ ਨੇ ਬਦਲਿਆ ਸ਼ਡਿਊਲ ਭਾਰਤੀ ਰੇਲਵੇ ਨੇ ਕਈ ਵਿਸ਼ੇਸ਼ ਰੇਲ ਗੱਡੀਆਂ ਦਾ ਸਮਾਂ ਬਦਲਿਆ ਰੇਲਵੇ ਨੇ ਕੁਝ ਵਿਸ਼ੇਸ਼ ਗੱਡੀਆਂ ਦੀ ਸਮਾਂ ਸਾਰਣੀ ਬਦਲ ਦਿੱਤੀ ਹੈ ਤੇ ਕੁਝ ਰੇਲ ਗੱਡੀਆਂ ਦੇ ਸਫ਼ਰ ਕੱਟ ਦਿੱਤੇ ਹਨ ਭਾਰਤੀ ਰੇਲਵੇ ਦੇ ਪੂਰਬੀ ਜ਼ੋਨ ਦੀਆਂ ਕੁਝ ਵਿਸ਼ੇਸ਼ ਰੇਲ ਗੱਡੀਆਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਚਲਾਉਣ ਦਾ ਫੈਸਲਾ ਕੀਤਾ ਗਿਆ ਪੂਰਬੀ ਰੇਲਵੇ ਦੇ ਅਨੁਸਾਰ ਹਾ ਬੜਾ ਤੋਂ ਦਿੱਲੀ ਤੇ ਵਿਚਕਾਰ ਚੱਲਣ ਵਾਲੀ ਰੇਲ ਗੱਡੀਆਂ ਨੂੰ ਘਟਾਇਆ ਗਿਆ ਹੈ ਪੂਰਬੀ ਰੇਲਵੇ ਦੀਆਂ ਰੇਲ ਗੱਡੀਆਂ ਹੁਣ ਹਫਤੇ ਦੇ ਵਿੱਚ ਸਿਰਫ ਇੱਕ ਦਿਨ ਹੀ ਚੱਲਣਗੀਆਂ ਇੱਕ ਪਾਸੇ ਜਿੱਥੇ ਰੇਲਵੇ ਦੇ ਕੁਝ ਵਿਸ਼ੇਸ਼ ਰਲ ਗੱਡੀਆਂ ਨੂੰ ਹਫਤੇਵਾਰੀ ਚਲਾਉਣ ਦਾ ਫੈਸਲਾ ਕੀਤਾ ਉੱਥੇ ਹੀ ਕੁਝ ਰੇਲ ਗੱਡੀਆਂ ਦੀ ਸਮਾਸਾਰਣੀ ਵੀ ਬਦਲ ਦਿੱਤੀ ਹੈ ਕੋਰੋਨਾ ਦੀ ਜਕੜ ਤੋਂ ਭਾਰਤ ਦੇ ਪੰਜ ਸੂਬੇ ਰਾਜਾਂ ਤੋਂ ਖਤਰਨਾਕ ਹਾਲਾਤ ਭਾਰਤ ਦੇ ਵਿੱਚ ਕਰੋਨਾ ਕੇਸਾਂ ਦਾ ਇੱਕਦਮ ਇਜ਼ਾਫਾ ਹੋਣ ਲੱਗ ਪਿਆ ਹੈ। 4 ਦਿਨਾਂ ਦੇ ਅੰਦਰ ਹੀ ਲੱਖ ਤੋਂ ਵੱਧ ਕੇਸ ਸਾਹਮਣੇ ਆਏ ਹਨ। ਐਮ ਗੱਲ ਇਹ ਹੈ ਕਿ ਦੇਸ਼ ਦੇ 5 ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹਨ। ਸਰਕਾਰੀ ਰਿਪੋਰਟਾਂ ਦੇ ਮੁਤਾਬਕ ਸਭ ਤੋਂ ਵੱਧ ਐਕਟਿਵ ਕੇਸ ਮਹਾਰਾਸ਼ਟਰ ਦੇ ਵਿੱਚ ਹਨ ਤੇ ਮਹਾਰਾਸ਼ਟਰ ਦੇ ਵਿੱਚ 99000 ਤੋਂ ਵੱਧ ਪੀੜਤ ਲੋਕਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ ਤੇ ਤਾਮਿਲਨਾਡੂ, ਤੀਜੇ ਤੇ ਦਿੱਲੀ, ਚੌਥੇ ਤੇ ਗੁਜਰਾਤ ਤੇ ਪੰਜਵੇਂ ਤੇ ਪੱਛਮੀ ਬੰਗਾਲ ਹਨ ਇਹਨਾਂ ਪੰਜ ਰਾਜਾਂ ਦੇ ਵਿੱਚ ਸਭ ਤੋਂ ਵੱਧ ਐਕਟਿਵ ਕੇਸ ਹਨ ਰੈਫੈਂਡਮ 2020 ਤੇ ਸਿਮਰਜੀਤ ਸਿੰਘ ਬੈਂਸ ਨੇ ਦਿੱਤਾ ਵੱਡਾ ਬਿਆਨ ਰੈਫੈਂਡਮ 2020 ਨੂੰ ਲੈ ਕੇ ਸਾਰੇ ਪਾਸੇ ਮਾਹੌਲ ਗਰਮਾਇਆ ਹੋਇਆ ਹੈ ਹੁਣ ਇਸ ਤੇ ਸਿਮਰਜੀਤ ਬੈਂਸ ਨੇ ਖੁੱਲ ਕੇ ਆਪਣਾ ਬਿਆਨ ਪੇਸ਼ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰ ਆਪਣੇ ਚਾਹੇਤਿਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੀਆਂ ਗੱਡੀਆਂ ਤੇ ਪੈਸਾ ਲਗਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਾ ਜਨਕ ਗੱਲ ਹੈ ਕੈਪਟਨ ਸਰਕਾਰ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਆਈਫੋਨ ਦੇਣੇ ਸਨ ਪੰਜਾਬ ਦੇ ਵਿੱਚ ਅਜੇ ਵੀ ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਕੋਲੇ ਫੋਨ ਨਹੀਂ ਉਹ ਆਨਲਾਈਨ ਪੜਾਈ ਨਹੀਂ ਕਰ پا ਰਹੇ ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਕੋਲੋਂ ਬੱਚਿਆਂ ਦੀ ਟਿਊਸ਼ਨ ਪੂਰੀ ਫੀਸ ਮੰਗ ਰਹੇ ਹਨ ਪਰ ਉਹਨਾਂ ਦੇ ਕੋਲੇ ਇਸ ਦੇ ਪੁਖਤਾ ਸਬੂਤ ਹਨ ਕਿ ਪ੍ਰਾਈਵੇਟ ਸਕੂਲਾਂ ਦੇ ਵੱਲੋਂ ਆਪਣੇ ਸਟਾਫ ਨੂੰ ਸਿਰਫ 25% ਤਨਖਾਹ ਦਿੱਤੀ ਜਾ ਰਹੀ ਹੈ ਰਾਜ ਸਰਕਾਰ ਵਿਧਾਨ ਸਭਾ ਵਿੱਚ ਹਾਈ ਕੋਰਟ ਦੇ ਵਿਦਿਆਰਥੀਆਂ ਦੇ ਉਲਟ ਕੋਈ ਫੈਸਲਾ ਦੇ ਦਿੱਤਾ ਤੇ ਉਸ ਦੇ ਲਈ ਦਿੱਤਾ ਕਿਉਂਕਿ ਸਰਕਾਰ ਨੇ ਮਾਣਯੋਗ ਹਾਈ ਕੋਰਟ ਅੰਦਰ ਪੱਖ ਬਹੁਤ ਕਮਜ਼ੋਰ ਤਰੀਕੇ ਦੇ ਨਾਲ ਰੱਖਿਆ। ਵੀਰਕਾ ਦੇ ਜੋ ਕੋ-ਆਪਰੇਟਿਵ ਦੇ ਜ਼ਰੀਏ ਕਿਸਾਨਾਂ ਦੀ ਸਹਾਇਕ ਧੰਦੇ ਦੇ ਨਾਲ ਡੇਰੀ ਫਾਰਮ ਦੇ ਨਾਲ ਜੁੜਿਆ ਹੋਇਆ ਉਸ ਨੂੰ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਨੇ ਦੀ ਕੋਈ ਕੰਪਨੀ ਦੇ ਕੋਲੋਂ ਦੁੱਧ ਪ੍ਰੋਡਕਟਸ ਖਰੀਦਣ ਦਾ ਕਰੋੜਾਂ ਦਾ ਆਰਡਰ ਪਾਸ ਕੀਤਾ ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕਰਨ ਕਿ ਪੰਜਾਬ ਦੇ ਵਿੱਚ 90% ਤੋਂ ਵੱਧ ਸਿੱਖ ਡੇਰੀ ਫਾਰਮਰ ਦੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਪਹਿੜ ਦਿੱਤੀ ਜਾਵੇ ਤੇ ਪੁਣੇ ਦੀ ਕੰਪਨੀ ਨੂੰ ਰੱਦ ਕੀਤਾ ਜਾਵੇ ਜਿਹੜੇ ਲੋਕ ਰਫੈਂਡਮ 2020 ਦੀ ਮੰਗ ਕਰਦੇ ਹਨ ਉਹਨਾਂ ਦੀਆਂ ਮੁਸ਼ਕਲਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਸੁਣੇ ਫਿਰ ਇਸ ਤੇ ਵਿਚਾਰ ਕੀਤਾ ਜਾਵੇ ਲੁਧਿਆਣਾ ਸੰਗਰੂਰ ਜਲੰਧਰ ਗਰਦਾਸਪੁਰ ਤੇ ਮਹਾਲੀ ਜ਼ਿਲ੍ਹੇ ਕੰਟੇਨਮੈਂਟ ਜ਼ੋਨ ਕੋਸ਼ਤ ਲਾਈਆਂ ਸਖਤ ਪਾਬੰਦੀਆਂ ਪੰਜਾਬ ਦੇ ਵਿੱਚ ਸਖਤ ਪਾਬੰਦੀਆਂ ਲੱਗ ਚੁੱਕੀਆਂ ਹਨ ਜੀ ਜਿਹੜੇ ਜ਼ਿਲ੍ਹੇ ਤੁਸੀਂ ਆਪਣੇ ਡਿਸਪਲੇ ਤੇ ਦੇਖ ਰਹੇ ਹੋ ਕਿਉਂਕਿ ਪੰਜਾਬ ਦੇ ਵਿੱਚ ਕਰੋਨਾ ਦਾ ਪ੍ਰਕੋਪ ਦਿਨੋ ਦਿਨ ਵਧਦਾ ਜਾ ਰਿਹਾ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਵੇਂ ਮਰੀਜ਼ ਪੋਜ਼ਿਟਿਵ ਪਾਏ ਜਾ ਰਹੇ ਹਨ ਕਰੋਨਾ ਦੀ ਮਾਰ ਦੇ ਹੇਠੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ ਨੂੰ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਮਾਈਕਰੋ ਕਨਟੇਨਮੈਂਟ ਜ਼ੋਨਾਂ ਦੀ ਸਨਖਤ ਕਰਕੇ ਲੋਕਾਂ ਦੀਆਂ ਗਤੀਵਿਧੀਆਂ ਸੀਮਤ ਕਰ ਦਿੱਤੀਆਂ ਗਈਆਂ ਹਨ ਇਨ੍ਹਾਂ ਖੇਤਰਾਂ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਮੌਤਾਂ ਦੀ ਗਿਣਤੀ 51 ਲੁਧਿਆਣਾ 31 ਜਲੰਧਰ 25 ਸੰਗਰੂਰ 18 ਪਟਿਆਲਾ ਦੇ ਵਿੱਚ 12 ਹੈ ਕਰੋਨਾ ਪੋਜ਼ਿਟਿਵ ਪਗੌੜਾ ਹਸਪਤਾਲ ਤੋਂ ਫਰਾਰ ਹੋਣ ਤੇ ਪੁਲਿਸ ਨੂੰ ਪਾਈਆਂ ਭਾਜੜਾਂ ਮੋਗਾ ਪੁਲਿਸ ਵੱਲੋਂ ਦਾਜ ਮਾਮਲੇ 'ਚ ਸ਼ਾਮਲ ਪਗੋੜੇ ਦੋਚੀ ਬਲਕਾਰ ਸਿੰਘ ਨਿਵਾਸੀ ਕੰਮੇ ਆਣਾ ਫਰੀਦਕੋਟ ਨੂੰ ਜੋ ਕਿ ਐਨਡੀਪੀਐਸ ਐਕਟ ਦੇ ਮਾਮਲੇ 'ਚ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਸੀ ਨੂੰ ਥਾਣਾ ਸਿਟੀ ਮੋਗਾ ਵੱਲੋਂ ਪ੍ਰੋਡਕਸ਼ਨ ਵਾਰੰਟ ਦੇ ਆਧਾਰ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਸਿਵਲ ਹਸਪਤਾਲ ਵਿੱਚ ਕਾਰ ਕਰਵਾਈ ਜਾਂਚ ਸਮੇਂ ਕਰੋਨਾ ਪੋਜ਼ਿਟਿਵ ਪਾਏ ਜਾਣ ਤੇ ਉਸ ਨੂੰ ਬਾਗਾਪੁਰਾਣਾ ਦੇ ਇਕਾਂਤਵਾਸ ਕੇਂਦਰ ਦੇ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ ਜੋ ਕਿ ਪੁਲਿਸ ਨੂੰ ਚੱਕਮਾ ਦੇ ਕੇ ਭੱਜਣ ਦੇ ਵਿੱਚ ਸਫਲ ਹੋ ਗਿਆ ਜਿਸ ਦੇ ਕਾਰਨ ਪੁਲਿਸ ਨੂੰ ਭਾਜੜਾ ਪੈ ਗਈਆਂ ਹਨ ਜਾਣਕਾਰੀ ਦੇ ਅਨੁਸਾਰ ਬਲਕਾਰ ਸਿੰਘ ਪੁੱਤਰ ਠਾਕਰ ਸਿੰਘ ਨਿਵਾਸੀ ਕੰਮਿਆਣਾ ਦਾ ਵਿਆਹ ਦੁੰਨੇ ਦੇ ਨਿਵਾਸੀ ਸ਼ਾਂਤੀਕੌਰ ਨਾਲ 2700 ਹੋਇਆ ਸੀ ਤੇ ਪਤੀ ਪਤਨੀ ਵਿਚਕਾਰ ਚੱਲਦੇ ਵਿਵਾਦ ਕਾਰਨ ਉਸ ਦੀ ਪਤਨੀ ਵੱਲੋਂ ਬਲਕਾਰ ਸਿੰਘ ਦੇ ਖਿਲਾਫ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੂੰ ਸ਼ਿਕਾਇਤ ਪੱਤਰ ਦਿੱਤਾ ਗਿਆ ਕਿ ਉਸ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਸੋ ਦੋਸਤੋ 2007 ਦੇ ਵਿੱਚ ਹੋਏ ਵਿਆਹ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੁਣ 2020 ਦੇ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਏਗਾ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਪੰਜਾਬ ਨੈਸ਼ਨਲ ਬੈਂਕ ਚ ਹੋਈ ਡਕੈਤੀ ਦਾ ਪਰਦਾਫਾਸ਼ ਤਿੰਨ ਨੌਜਵਾਨ ਗ੍ਰਿਫਤਾਰ ਬੀਤੇ ਦਿਨੀ ਮੁਹਾਲੀ ਦੇ ਫੇਜ਼ 3 ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਚ ਹੋਈ ਡਕੈਤੀ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਸ ਦੇ ਬਾਰੇ ਐਸਐਸਪੀ SSP ਕੁਲਦੀਪ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 17/6/2020 ਨੂੰ ਪੰਜਾਬ ਨੈਸ਼ਨਲ ਬੈਂਕ ਮਹਿਲਾ ਬ੍ਰਾਂਚ ਫੇਜ਼ A 36 ਦੁਪਹਿਰੇ ਸਮੇਂ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਤੇ ਤੇਜ਼ਦਾਰ ਦੀ ਹਥਿਆਰ ਤੇ ਬੈਂਕ 'ਚ ਡਕੈਤੀ ਕੀਤੀ ਗਈ ਜਿਸ ਸਬੰਧੀ ਥਾਣਾ ਮਟੌਰ ਤੋਂ ਮੁਕਦਮਾ ਦਰਜ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਇਸ ਮਾਮਲੇ ਸਬੰਧੀ ਸੰਦੀਪ ਖੁਰਮੀ ਉਰਫ ਸੰਨੀ ਪੁੱਤਰ ਜਸਪਾਲ ਖੁਰਮੀ ਵਾਸੀ ਜ਼ਿਲ੍ਹਾ ਜਲੰਧਰ ਸੈਕਟਰ 52 ਅਤੇ सोनू ਪੁੱਤਰ ਮਖਤਿਆਰ ਵਾਸੀ ਸੈਕਟਰ 45 ਚੰਡੀਗੜ੍ਹ ਤੇ ਰਵੀ ਕੁਠਾਰੀ ਪੁੱਤਰ ਵਿਜੇ ਕੁਮਾਰ ਵਾਸੀ ਚੰਦਰਵਾੜ ਹਰਿਆਣਾ ਕਰਾਇਦਾਰ ਸ਼ਾਂਤੀ ਨਗਰ ਮਣੀ ਮਾਜ਼ਰਾ ਨੂੰ ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਦੁਰੰਡ ਕੈਤੀ ਵਿੱਚੋਂ ਤਿੰਨੇ ਨੌਜਵਾਨ ਮਿਤੀ 11 ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਲੁੱਟੀ ਹੋਈ ਰਕਮ 3 ਲੱਖ 1500 ਰੁਪਏ ਕਾਰ ਤੇ ਵਾਰਦਾਤ ਲਈ ਵਰਤਿਆ ਗਿਆ ਨਕਲੀ ਏਅਰ ਪਿਸਤੌਲ ਬਰਾਮਦ ਕੀਤਾ ਗਿਆ ਹੈ ਪਬਜੀ ਵਰਗੀਆਂ ਗੇਮਸ ਬੱਚਿਆਂ ਤੇ ਨੌਜਵਾਨਾਂ ਦੇ ਲਈ ਖਤਰਨਾਕ ਬੱਚਿਆਂ ਤੇ ਨੌਜਵਾਨਾਂ ਦੇ ਲਈ PUBG ਵਰਗੀਆਂ ਵੀਡੀਓ ਗੇਮਸ ਬੇਹੱਦ ਖਤਰਨਾਕ ਸਾਬਤ ਹੋ ਚੁੱਕੀਆਂ ਹਨ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਕਟਨਾ ਟੀਵੀ ਚੈਨਲਾਂ ਯੂਟਿਊਬ ਜਾਂ ਅਖਬਾਰਾਂ ਤੇ ਸੂਚਨਾ ਬਣਦੀ ਹੈ ਤੇ ਇਹਨਾਂ ਦੇ ਮਾਰੂ ਪ੍ਰਭਾਵ ਤੋਂ ਚੌਕਸ ਕਰਦੀ ਨਜ਼ਰ ਪੈਂਦੀ ਹੈ ਪਿਛਲੇ ਦਿਨੀ ਚੰਡੀਗੜ੍ਹ ਦੇ ਇੱਕ ਨੌਜਵਾਨ ਨੇ ਆਪਣੇ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ 16 ਲੱਖ ਤੋਂ ਵੱਧ ਰੁਪਏ PUBG ਗੇਮ ਦੇ ਵਿੱਚ ਬਰਬਾਦ ਕਰ ਦਿੱਤੇ ਉਸ ਤੋਂ ਬਾਅਦ ਇੱਕ ਨੇ 2.5 ਲੱਖ ਰੁਪਇਆ ਬਰਬਾਦ ਕਰ ਦਿੱਤਾ ਸੋ ਦੋਸਤੋ ਤੁਹਾਨੂੰ ਵੀ ਲੱਗਦਾ ਹੈ ਕਿ ਪਬਜੀਆ ਵਰਗੀਆਂ ਗੇਮਾਂ ਬੱਚਿਆਂ ਤੇ ਨੌਜਵਾਨਾਂ ਦੇ ਲਈ ਖਤਰਨਾਕ ਹਨ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖੋ ਪਰ ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਅਜੇ ਹੀਆਂ ਜਾਣ ਲਏ ਗੇਮਾਂ ਦੇ ਉੱਪਰ پابੰਦੀ ਕਿਉਂ ਨਹੀਂ ਲਗਾਉਂਦੀਆਂ ਦੋਸਤੋ ਤੁਹਾਨੂੰ ਲੱਗਦਾ ਹੈ پابੰਦੀ ਲਾਣੀ ਚਾਹੀਦੀ ਤਾਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਜ਼ਰੂਰ ਲਿਖੋ ਕੋਰੀਅਰ ਕੰਪਨੀ ਦੇ ਦਫ਼ਤਰ ਚੋਂ ਲੁਟੇਰਿਆਂ ਨੇ ਪਸਤੌਲ ਦੀ ਲੋਡ ਨੋਕ ਤੇ ਨਕਦੀ ਲੁੱਟੀ ਪਿੱਖੀਵਿੰਡ ਪਹਿਲਾ ਰੋਡ ਗੇਟ ਤੇ ਨਕ ਜਦ ਨਜ਼ਦੀਕ ਈ ਕਾਮ ਕੋਰੀਅਰ ਕੰਪਨੀ ਦੇ ਦਫਤਰ ਚੋਂ ਅੱਜ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ 133000 ਰੁਪਏ ਲੁੱਟ ਲਏ ਜਿਸ ਬੰਦੀ ਕੰਪਨੀ ਦੇ ਮੁਲਾਜ਼ਮ ਗੁਰਵਿੰਦਰ ਸਿੰਘ ਵਾਸੀ ਪਿੰਡ ਚੁੰਗਣੇ ਜਾਣਕਾਰੀ ਦਿੱਤੀ ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਪਿੱਖੀਵਿੰਡ ਥਾਣਾ ਪੁਲਿਸ ਪਾਰਟੀ ਮੁਖੀ ਪਿੱਖੀਵਿੰਡ ਗੁਰਚਰਨ ਸਿੰਘ ਤੇ ਐਸਐਸਆਈ ਮਲਕੀਤ ਸਿੰਘ ਮੌਕੇ ਤੇ ਪੁੱਜੇ ਤੇ ਸਾਰੀ ਘਟਨਾ ਦੀ ਜਾਂਚ ਬ੍ਰੀਕੀ ਦੇ ਨਾਲ ਕੀਤੀ ਗਈ ਦੰਗਾ ਪੜਕਾਉਣ ਦੀ ਕੋਸ਼ਿਸ਼ ਦੇ ਮਾਮਲੇ 'ਚ ਉਹ ਐਫਆਈਆਰ ਤੋਂ ਬਾਅਦ ਰੂਪੋਸ਼ ਹੋਏ ਹੀ ਹਿੰਦੂ ਆਗੂ ਸੂਰੀ ਇੰਦੌਰ ਤੋਂ ਗ੍ਰਿਫਤਾਰ ਸ਼ਿਵ ਸੈਨਾ ਟਕਸਾਲੀ ਆਗੂ ਸੁਦੀਰ ਸੂਰੀ ਨੂੰ ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਉਹ ਥਾਣਾ ਜੰਡਿਆਲਾ ਗੁਰੂ ਦੇ ਵਿੱਚ 7 ਜੁਲਾਈ ਨੂੰ ਦੰਗੇ ਪੜਕਾਉਣ ਦੇ ਦੋਸ਼ ਤੇ ਹੇਠਾਂ ਕੇਸ ਦਰਜ ਹੋਣ ਤੋਂ ਬਾਅਦ ਅੰਡਰਗ੍ਰਾਉਂਡ ਹੋ ਗਿਆ ਸੀ ਤੇ ਸੂਰੀ ਖਿਲਾਫ ਪਹਿਲਾਂ ਵੀ 7 ਕੇਸ ਦਰਜ ਹਨ ਪਰ ਇਹਨਾਂ 'ਚੋਂ ਜ਼ਮਾਨਤ ਮਿਲ ਚੁੱਕੀ ਹੈ ਗ੍ਰਿਫਤਾਰੀ ਤੋਂ ਪਹਿਲਾਂ ਆਗੂ ਸੁਦੀਰ ਸੂਰੀ ਨੇ ਦੱਸਿਆ ਕਿ ਪੰਜਾਬ ਪੁਲਿਸ ਉਨ੍ਹਾਂ ਖਿਲਾਫ ਝੂਠੇ ਮਾਮਲੇ ਦਰਜ ਕਰ ਰਹੀ ਹੈ ਤੇ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੂੰ ਉਨਾਂ ਤੋਂ ਜਾਣ ਦਾ ਖਤਰਾ ਉਹਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਸੀ ਜਿਸ ਚ ਉਹਨਾਂ ਨੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਹਟਾ ਲਈ ਜਾਵੇ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਮੈਡੀਕਲ ਕਾਲਜ ਨੂੰ ਠੱਗਾਂ ਨੇ ਲਾਇਆ ਲੱਖਾਂ ਰੁਪਏ ਦੀ ਠੱਗੀ ਦਾ ਟੀਕਾ ਬਾਬਾ ਫਰੀਦ ਨਸ ਸਿੰਘ ਕਾਲਜ ਦੇ ਐਮ ਡੀ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੁਝ ਮਹੀਨਾ ਪਹਿਲਾਂ ਬਿਹਾਰ ਦੇ ਰਹਿਣ ਵਾਲੇ ਦੋ ਨੌਜਵਾਨ ਭਗਤ ਸਿੰਘ ਤੇ ਅਨਵਰ ਮਸੀਹ ਨਾਮ ਦੇ ਦੋ ਵਿਅਕਤੀ ਉਹਨਾਂ ਦੇ ਕੋਲ ਆਏ ਤੇ ਕਾਲਜ ਦੇ ਵਿੱਚ ਬੀਐਸਸੀ ਨਰਸਿੰਗ ਦੇ ਕੋਰਸ ਦੇ ਲਗਭਗ 55 ਬੱਚਿਆਂ ਦਾ ਦਾਖਲਾ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਤੇ ਪ੍ਰਤੀ ਸੀਟ ਵਾਸਤੇ 10000 ਰੁਪਏ ਦੀ ਕਮਿਸ਼ਨ ਦੀ ਮੰਗ ਕੀਤੀ ਅਜਿਹੇ ਚ ਕਾਲਜ ਚ ਸੀਟਾਂ ਖਾਲੀ ਹੋਣ ਦੇ ਕਾਰਨ ਕਾਲਜ ਦੇ ਵੱਲੋਂ ਪੇਸ਼ਕਸ਼ ਨੂੰ ਸਵਾਰਕਾਰ ਕਰ ਲਿਆ ਜਿਸ ਤੋਂ ਬਾਅਦ ਬੱਚਿਆਂ ਦਾ ਕਾਲਜ ਚ ਦਾਖਲਾ ਕਰਵਾ ਦਿੱਤਾ ਗਿਆ ਤੇ ਉਹਨਾਂ ਨੂੰ ਨਿਰਧਾਰਤ ਕਮਿਸ਼ਨ ਦੀ ਰਕਮ ਦੇ ਲਗਭਗ 6 ਲੱਖ ਰੁਪਏ ਦਿੱਤੇ ਗਏ ਪਰ ਉਹਨਾਂ ਨੂੰ 2 ਦਿਨ ਬਾਅਦ ਉਸ ਵਕਤ ਝਟਕਾ ਲੱਗਾ ਜਦੋਂ ਠੱਗਾਂ ਦੇ ਵੱਲੋਂ ਦਿੱਤੇ ਗਏ ਠੱਗਾਂ ਦੇ ਵੱਲੋਂ ਦਿੱਤੇ ਗਏ ਜਾਲੀ ਡਰਾਫਟ ਨਿਕਲੇ ਤੇ ਉਦੋਂ ਤੱਕ ਠੱਗਾਂ ਦੇ ਕੋਲੋਂ ਤਕਰੀਬਨ 6 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਸਨ ਇਸ ਤੋਂ ਬਾਅਦ ਇਸ ਦੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਡੇਰਾ ਮੁਖੀ ਦੀ ਮਾਫੀ ਨੂੰ ਜਾਇਜ਼ ਠਹਿਰਾਉਣ ਦੇ ਲਈ ਗੁਰੂ ਕੀ ਗੋਲਚੂ ਖਰਚੇ 90 ਲੱਖ ਅਕਾਲੀ ਦਲ ਸ਼ਰੋਨ ਦੀ ਕਮੇਟੀ ਦੇ ਲਈ ਨਵੀਂ ਵਿਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਨਾਮਜਦ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਸਿੱਟ ਦੀ ਪੂਰੀ ਜਾਂਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇਣ ਤੱਕ ਪਹੁੰਚ ਗਈ ਇਹ ਮਾਫੀ ਡੇਰਾ ਦੇ ਮੁਖੀ ਤੇ ਤਤਕਾਲੀ ਆਗੂ ਅਕਾਲੀ ਦਲ ਵਿਚਾਲੇ ਹੋਏ ਸਮਝੌਤੇ ਦੀ ਗਵਾਹੀ ਪਰਦਾ ਇਸ ਦੇ ਕਰਕੇ ਸਤੰਬਰ 2015 ਵਿੱਚ ਡੇਰਾ ਮੁਖੀ ਨੂੰ ਬਗੈਰ ਮੰਗੇ ਮਾਫੀ ਦਿੱਤੀ ਜਾਣ ਦਾ ਮਾਮਲਾ ਪੱਖਣ ਲੱਗ ਗਿਆ ਚਰਚਾ ਹੈ ਕਿ ਸਿੱਟ ਦੀ ਜਾਂਚ ਦੇ ਵਿੱਚ ਕੁਝ ਅਕਾਲੀ ਲੀਡਰ ਵੀ ਘਿਰ ਸਕਦੇ ਹਨ ਡੇਰਾ ਮੁਖੀ ਨੂੰ ਮਾਫੀ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ਼ਤਿਹਾਰਾਂ ਦੇ ਖਰਚ ਕੀਤੇ ਗਏ ਲਗਭਗ 90 ਲੱਖ ਰੁਪਏ ਦਾ ਵੱਡਾ ਮੁੱਦਾ ਬਣਦਾ ਜਾ ਰਿਹਾ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਅਕਾਲ ਪੁਰਖੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਜਤ ਸਿੰਘ ਤੇ ਹੋਰਾਂ ਦੇ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀ ਗਈ ਜੋ ਕਿ ਸਮੁੱਚੇ ਘਟਨਾਕਰਮ ਦਾ ਇੱਕ ਹਿੱਸਾ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ